मज्जा जो मज्जा ही बड़ा कुछ है जी जो को रखे तो सोना भी पैदा कर सकता है। अच्छा हाँ जी ठीक हो गया। और 3-4 लाख की मज है ते लाख सवा 1,25,000 का सोना तोला इवें गल है या नहीं? इवें गल है। तो 2-3 महीना बेची गए तेरे बच्चा है बंदा ब्याह जंगल सौखा कम नहीं? हाँ जी गल है। तो फिर औखा तो नहीं ये सोना ऐसे सौखा या नहीं? सौखा जी। तो 1 महीने लाई दे बलीमे भी नहीं मुकती गल सुन मेरी 3-4 लाख बलीमे भी कोई कट्टा लाए 2 कट्टे लाए तो बलीमा होता ही नहीं हो जाता मजा ही सोना फिर मजा जहा ही सोना। अस्सलाम वालेकुम बाबा जी। वालेकुम सलाम जी। बाबा जी की हाल चाल ने? ठीक ठाक जी और सुनाओ तुसी? अल्लाह दा फजल बाबा जी। बाबा जी नाम की है माशाल्लाह अपना? रशीद अहमद जी। रशीद अहमद साहब मज्जां पालदे आ किन्नी किन्नी देर हो गई है तुहानू? ओह 10-20 साल जी। 10-20 साल जी। 10 के 20 तो 20 साल हो गए। 20 साल हो गए यानी सारी उम्र मज्जां जी कड्डी है? मज्जां जी कड्डी है। ठीक होगा। ते मज्जां ने कुछ दिता भी है के कोई ना? दस्या कुछ दिंदियां ने जी। की दिता मज्जां ने तुहानू? मियां ने बड़ा कुछ दिता जी। कोई दस सकदे हो सानू? दस सकने जी। दसो फिर। मियां ने जी सब कुछ कीता इक मैं गल कर न्याणे पाले। अच्छा। आपे पले और पानी भी लिया पानी भी लवाए टरपैन भी लवाए ट्रैक्टर भी लिया मियां तो। ठीक हो गया। अच्छा बुजुर्गो सानू ये दसो किन्ना माल रखिया था इस टाइम? इस टाइम ते कोई 8-9 डंगर। 8-9 डंगर? ठीक हो गया। ते 8-9 डंगर जेड़े ने सौखा कार चलांदे ने कि या सेव सूव भी कर लैंदे ने? सौखा चलांदे ने। ठीक हो गया। केड़ी नस्ल दे जानवर रखे दे? ए जी कोई देसी ना कोई सही वाला कोई बलैसी है गाई भी एक दो। ते जानवर कोई नस्लां नुस्लां देख के लियांदे हो कि एवें बस दुध शुद्ध देख के? नस्लां अपने आप लभ जांदियां ने जी मंडी च। अच्छा। हां जी पुछण दी कोई जरूरत नहीं मेरी नस्ली आपे लभ जांदी है। केड़ी मंडी जांदे हो लैण? मंडी शाहकोट भी जाईदा बडियाने भी जाईदा पसरूर भी जाईदा सियालकोट भी। केड़ी मंडी चंगी है? ਮੰਡੀਆਂ ਸਾਰੀਆਂ ਚੰਗੀਆਂ ਨੇ। ਸਾਰੀਆਂ ਚੰਗੀਆਂ ਨੇ? ਸਾਰੀਆਂ ਚੰਗੀਆਂ ਨਹੀਂ ਇੱਕ ਹੁੰਦੀ ਹੈ ਨਾ ਮੰਡੀ ਜਿੱਥੇ ਸੌਖੇ ਜਾਨਵਰ ਤੇ ਸੋਹਣੇ ਜਾਨਵਰ ਸੌਖੇ ਕਿਤੇ ਵੀ ਲੱਭਦੇ ਸੌਖੇ ਸਸਤੇ ਕਿਤੇ ਵੀ ਨਾ ਕੋਈ ਵਪਾਰੀ ਦਿੰਦਾ ਨਾ ਲੈਂਦਾ ਸਵਾਬ ਵੀ ਨਾਲ ਲੱਭੀ ਲੱਭੀ ਆਪਣੇ ਵੱਲ ਵਪਾਰੀ ਇਹ ਗੱਲ ਆਦਾ ਮੈਂ ਜੇ ਛੋਟੇ ਲਾਣਾ ਤੇ ਲੈਣ ਵਾਲਾ ਆਦਾ ਮੈਨੂੰ ਰਿਆਤ ਲੱਭੇ। ਅੱਛਾ ਹਾਂਜੀ। ਤੇ ਮੰਡੀਆਂ 'ਚ 2 ਨੰਬਰੀ ਵੀ ਬੜੀ ਹੁੰਦੀ ਹੈ? ਬੜੀ ਹੁੰਦੀ ਹੈ। ਉਹਦੇ ਕੋਲ ਕਿਵੇਂ ਬਚੇ ਬੰਦਾ? ਜਾਨਵਰ ਨੂੰ ਸੋਹਣਾ ਨਹਾਲ ਕੇ ਸਜਾ ਕੇ ਲਿਆ ਕੇ ਆਉਂਦੇ ਨੇ ਉੱਥੇ ਬੜਾ ਕੁਝ ਕਰਦੇ ਨੇ। ਹਾਂ ਤੇ ਉਹ ਕਿਸ ਤਰ੍ਹਾਂ ਬੰਦਾ ਪਛਾਣ ਕਰੇ ਕਿ ਜਾਨਵਰ ਵਾਕਈ ਸਿਹਤਮੰਦ ਹੈ ਤੇ ਵਾਕਈ ਚੰਗਾ ਜਾਨਵਰ? ਉਹ ਜੀ ਡੰਗਰ ਰੱਖਣ ਵਾਲਾ ਜਿਹੜਾ ਉਹਨੂੰ ਪਛਾਣ ਆਈ ਨੇ ਵੀ ਚੰਗਾ ਹੈ ਜਾਂ ਮੰਦਾ ਜਾਂ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਹੀਂ? ਮੈਂ ਦੀ ਪਛਾਣ ਕਿੰਜ ਕਰੇ ਬੰਦਾ ਕਿ ਚੰਗੀ ਹੈ ਕਿ ਮਾੜੀ ਹੈ? ਉਹ ਵੀ ਚੰਗੀ ਹੋ ਜਾਂਦੀ ਬੰਦੇ ਜਿਹੜੇ ਬੰਦੇ ਰੱਖੀ ਦੇ ਉਹਨੂੰ ਚੰਗੀ ਪਛਾਣ ਆਪੇ ਖੁਦ ਨੂੰ ਖੁਦ ਡੰਗਰ ਹੀ ਦੱਸ ਦਿੰਦਾ ਚੰਗਾ। ਨਹੀਂ ਤੁਸੀਂ ਰੱਖੇ ਦੇ ਨੇ ਤੁਸੀਂ ਸਾਨੂੰ ਦੱਸ ਦੇਵੋ ਕਿ ਕਿਹੜੀ ਚੰਗੀ ਮੱਝ ਆ ਕਿੰਜ ਕੀ ਦੇਖਣਾ ਚਾਹੀਦਾ ਮੱਝ 'ਚ? ਉਹ ਤਾਂ ਤੁਹਾਨੂੰ ਤਾਂ ਦੱਸੇ ਵੀ ਜੇ ਮੰਡੀ ਲੱਗੀ ਤਾਂ ਫਿਰ ਤੁਹਾਨੂੰ ਮੈਂ ਸਮਝ ਇਹ ਮੱਝ ਚੰਗੀ ਹੈ ਇਹ ਨਹੀਂ ਚੰਗੀ। ਹੁਣ ਇੱਥੇ ਤੁਹਾਨੂੰ ਮੈਂ ਕੀ ਦੱਸਾਂ ਚੰਗੀ ਮੰਦੀ ਤੁਹਾਨੂੰ ਕੀ ਸਬੂਤ ਚੱਲੇਗਾ ਵੀ ਇੱਥੇ ਚੰਗੀ ਜਾਂ ਮੰਦੀ ਹੈ? ਠੀਕ ਹੋ ਗਿਆ। ਮੱਝ ਦਾ ਦੱਖ ਕਿੰਜ ਦਾ ਹੋਣਾ ਚਾਹੀਦਾ ਮੱਝ ਲੇ ਬੰਦਾ ਕਿ ਦੁੱਧ ਖਰਾ ਦਿੰਦੀ ਹੋਏਗੀ? ਮੱਝ ਸਾਹਮਣੇ ਹੋਏ ਤੈਨੂੰ ਮੈਂ ਦੱਸਾਂ ਵੀ ਇੰਜ ਦੀ ਮੱਝ ਹੋਏ ਇੰਜ ਦੀ ਨਹੀਂ। ਤੁਹਾਡੇ ਕੋਲ ਚੰਗੀ ਮੱਝ ਕੋਈ ਹੈ? ਸਾਡੇ ਕੋਲ ਚੰਗੀ ਆ ਵੀ ਹੁਣ ਸੂਣਾ ਦੀਆਂ ਮੱਝਾਂ ਨੇ ਸੂਣਾ ਦੀ ਚੰਗੀਆਂ ਦਾ ਹੁਣ ਕੀ ਸਬੂਤ ਚੱਲਣਾ ਤੁਹਾਨੂੰ? ਤੇ ਕੰਮ ਤਿਆਰ ਮੱਝ ਹੋਏ ਫਿਰ ਤੁਹਾਨੂੰ ਸਬੂਤ ਚੱਲੇ ਬਾਕੀ ਥੱਲੇ ਮੇਰੀ ਤਿਆਰ ਚੰਗੀ ਕਿ ਨਹੀਂ ਚੰਗੀ? ਸਹੀ ਹੋ ਗਿਆ। ਅੱਛਾ ਬਜ਼ੁਰਗੋ ਵਪਾਰ ਕਰਦੇ ਹੋ ਕਿ ਦੁੱਧ ਦਾ ਕਾਰੋਬਾਰ ਕਰਦੇ ਹੋ? ਵਪਾਰ ਵੀ ਕਰ ਲਿਆ ਲੈਣਾ ਦੇਣ ਵੀ ਕਰ ਲਈਦਾ। ਠੀਕ ਹੋ ਗਿਆ। ਹੁਣ ਕੋਈ ਮੱਝਾਂ ਸੇਲ ਕਰਨ ਵਾਲੀ ਹੈ ਨਾ ਤੁਹਾਡੇ ਕੋਲ? ਨਹੀਂ ਇਹ ਵਕਤ ਕੋਈ ਨਹੀਂ। ਅੱਛਾ ਵਪਾਰੀ ਸੁਣਿਆ ਹੈ ਕਿ ਜਦੋਂ ਮੱਝ ਵੇਚਣੀ ਹੋਏ ਤਾਂ ਉਹਨੂੰ ਕੋਈ ਟੀਕਾ ਸ਼ੀਕਾ ਲਾਉਂਦੇ ਨੇ? ਦੁੱਧ ਕੋਈ ਚਵਲ ਵਪਾਰੀ ਲਾਉਂਦਾ ਟੀਕਾ? ਉਹ ਡਾਕਾ ਡੂਕਾ ਲਾਉਂਦੇ ਨੇ ਦੁੱਧ? ਡਾਕੇ ਦੀ ਗੱਲ ਕਰੋ ਕਿ ਚਵਲ ਵਪਾਰੀ ਡਾਕਾ ਉਹ ਜਾਂ ਟੀਕਾ ਸ਼ੀਕਾ ਤਾਂ ਕਰਦਾ ਨਹੀਂ ਤਾਂ ਆਮ ਨਹੀਂ ਕਰਦੇ। ਆਮ ਮਹੀਆਂ ਦੱਸ ਦਿੰਦੀ ਥੱਲੇ ਚੱਡੇ ਵਾਲੀਆਂ ਵੀ ਸਾਡਾ ਚੱਡਾ ਇੰਜ ਦਾ ਤੇ ਇਵੇਂ ਦਾ ਨਹੀਂ। ਅੱਛਾ ਮੱਝ ਨੂੰ ਖੰਡ ਛੰਡ ਪਾਉਂਦੇ ਨੇ ਸੁਣਿਆ ਜਦੋਂ ਵੇਚਣੀ ਹੋਏ, ਇਹ ਗੱਲ ਸੱਚੀ ਹੈ ਝੂਠੀ ਹੈ? ਨਹੀਂ ਜੀ ਖੰਡ ਖੁੰਡ ਨਾਲ ਕੱਖ ਵੀ ਨਹੀਂ ਜੀ ਬਣਦਾ। ਜੇ ਮਹੀਂ ਨੇ ਦੁੱਧ ਦੇਣਾ ਨਾ ਉਹ ਪਹਿਲੇ ਦੂਜੇ ਪਹਿਲੇ ਸੂਏ ਸ਼ੁਰੂ ਕਰ ਦਿੰਦੇ ਦੁੱਧ ਦੇਣੇ। ਅੱਛਾ ਹੁਣ ਤੇਰੀ ਤਾਕਤ ਤੇ ਹੋਰ 4 ਸਾਲਾਂ ਨੂੰ ਤੇਰੀ ਤੇਰੇ 4-5 ਬੱਚੇ ਹੋਏ ਤੇਰੇ 'ਚ ਉਹਦੀ ਤਾਕਤ ਰਹਿਣੀ ਹੈ ਕਿਹੜੀ? ਬਿਲਕੁਲ ਇੰਜ ਹੀ ਗੱਲ। ਅੱਛਾ ਬਜ਼ੁਰਗ ਇਹ ਦੱਸੋ ਤਾਕਤ ਉਹਲੇ ਹੁੰਦੀ ਹੈ ਪਹਿਲੇ ਦੂਜੇ ਮਹੀਂ 'ਚ ਤਾਕਤ ਬਹੁਤ ਹੀ ਹੁੰਦੀ ਹੈ ਉਹਦੇ 'ਚ ਦੁੱਧ ਵੀ ਬਹੁਤ ਕਰੰਟ ਬਹੁਤੇ ਹੁੰਦੇ ਨੇ। ਦੁੱਧ ਦੇਣ ਦੀ ਤਾਕਤ ਬਹੁਤੀ? ਬਿਲਕੁਲ ਸਾਰੇ ਪਾਸੇ ਤਾਕਤ ਹੋਈ ਬਹੁਤੀ ਹੁੰਦੀ ਹੈ ਇਵੇਂ ਜਿਸ ਤਰ੍ਹਾਂ ਬੰਦਾ ਹੋਏ। ਅੱਛਾ ਦੁੱਧ ਫਿਰ ਉਮਰ ਦੇ ਸਿਰ ਤੇ ਦਿੰਦੀ ਹੈ? ਉਮਰ ਦੇ ਸਿਰ ਤੇ ਹੈ। ਵੰਡੇ ਨਾਲ ਕੋਈ ਦੁੱਧ ਨਹੀਂ? ਵੰਡੇ ਨਾਲ ਵੀ ਹੈ ਦੁੱਧ ਵੀ ਨਹੀਂ ਨਸਲੀ ਮੱਝ ਉਮਰ ਦੇ ਸਿਰ ਤੇ ਦੁੱਧ ਦਿੰਦੀ ਹੈ ਮੱਝ। ਵੰਡਾ ਭਾਵੇਂ ਨਾ ਹੀ ਪਾਓ ਫਿਰ ਵੀ ਦਿੰਦੀ ਹੈ ਦੁੱਧ ਜਿਹੜੀ ਦੁੱਧ ਦੇਣ ਵਾਲੀ ਹੈ। ਅੱਛਾ ਜਿਹੜੀ ਦੁੱਧ ਨਹੀਂ ਦੇਣ ਵਾਲੀ ਉਹਨੂੰ ਜਿੰਨਾ ਮਰਜ਼ੀ ਵੰਡਾ ਪਾ ਕੱਖ ਵੀ ਨਹੀਂ ਕਰਦੀ। ਅੱਛਾ 20 ਸਾਲ ਤੁਹਾਡਾ ਤਜੁਰਬਾ ਹੈ ਤੇ ਮੱਝ ਜਿਹੜੀ ਹੈ ਕਿੰਨੇ ਸੂਏ ਤੱਕ ਸੂ ਸਕਦੀ ਹੈ ਤੇ ਦੁੱਧ ਚੰਗਾ ਦੇ ਸਕਦੀ ਹੈ? ਇਹ 8-9 ਸੂਏ ਸਹੀ ਸੂ ਸਕਦੀ ਹੈ ਉਸ ਤੋਂ ਬਾਅਦ ਫਿਰ ਉਹਦਾ ਕਰੰਟ ਨਹੀਂ ਰਹਿੰਦਾ ਮਹੀਂ 'ਚ। ਅੱਛਾ ਦੇ ਵੀ ਸਹੀ ਸੂ ਵੀ ਪੈਂਦੀ ਹੈ ਉਹ ਕਰੰਟ ਨਹੀਂ ਰਹਿੰਦਾ ਫਿਰ ਉਹਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਵੀ ਉਹਦੀ ਖੁਰਾਕ ਹੋਏ। ਅੱਛਾ ਬਾਬਾ ਜੀ ਉਹ ਡੀਜੀ ਤਾਕਤ ਨਹੀਂ ਰਹਿੰਦੀ ਉਗਲੀ ਨਿਸ਼ਾਨ ਵਾਲਾ ਹਿਸਾਬ ਹੈ।
ਜਿਹੜੀ ਚੰਗੀ ਨਸਲ ਦੀ ਮੈਂ ਹੈ ਹਾਂਜੀ ਉਹ ਵੰਡੇ ਤੋਂ ਬਗੈਰ ਕਿੰਨਾ ਦੁੱਧ ਦੇ ਛੱਡਦੀ ਹੈ ਪੱਠਾ ਦੱਸਾਂ ਚੰਗਾ ਹੋਊ ਵੀ 10-12 ਕਿਲੋ ਦੁੱਧ ਕੱਢਦੀ ਦੁੱਧ 12 ਕਿਲੋ ਪੱਠਿਆਂ ਦੇ ਵੀ ਵੰਡਾ ਜਿਹੜਾ ਕਿ 2 ਕਿਲੋ ਅਗਰ ਬੰਦਾ ਇੱਕ ਮੱਝ ਨੂੰ ਪਾਉਂਦਾ ਤੇ ਕਿੰਨਾ ਕੁ ਫਰਕ ਪੈਂਦਾ 2 ਕਿਲੋ ਵੰਡੇ ਦਾ ਤੇ ਹੁਣ ਮੁੱਲ ਵੀ ਕੋਈ ਨਹੀਂ ਕਿਹੜੇ ਸਾਹਿਬ ਜਿਹੜਾ ਪੱਠਾ ਦੱਸਾ ਕੋਈ ਵੀ ਇਹਦੇ 'ਚ ਕਿੰਨੀਆਂ ਦੋਵੇਂ ਕਿੰਨੀਆਂ ਸਪਰੇਆਂ ਹੁੰਦੀਆਂ ਪਈਆਂ ਅਸਲ ਉਹਦਾ ਹੀ ਹੋਣਾ ਇਹ ਮੁਨਾਸਿਬ ਸਾਨੂੰ ਵੰਡਾ ਦੱਸੋ ਕਿ ਇੱਕ ਮੱਝ ਵਾਸਤੇ ਮੁਨਾਸਿਬ ਵੰਡਾ ਜਿਹੜਾ ਦਿਹਾੜੀ ਦਾ ਕਿੰਨਾ ਪਾਉਣਾ 5 ਕਿਲੋ ਵੰਡਾ ਬੜਾ 5 ਤੋਂ ਵੱਧ ਤੇ ਘੱਟ ਨਹੀਂ ਪਾਉਣਾ ਚਾਹੀਦਾ 5 ਕਿਲੋ ਵੰਡਾ ਕਈ ਲੋਕ 10-10 ਕਿਲੋ ਵੀ ਪਾੜਦੇ ਨੇ 10 ਕਿਲੋ ਵਾਲਾ ਐਵੇਂ ਕੰਮ ਹੈ ਜ਼ਿਆਦਤੀ ਹੈ ਮੱਝ ਨਾਲ ਮੱਝ ਨਾਲ ਵੀ ਤੇ ਉਹ ਦੁੱਧ ਨਹੀਂ ਫਿਰ ਵੰਡਾ ਖਾਣਾ ਜਾਂ ਪੱਠੇ ਖਾਣੇ ਨਾਲ ਠੀਕ ਹੋ ਖੁਰਾਕ ਖਾਏਗੀ ਮੇਰੀ ਪੱਠੇ ਪੂਰੇ ਪੈਣਗੇ ਦੁੱਧ ਤੇ ਫੇਰ ਆਏਗੀ ਠੀਕ ਜੇ ਖਾ ਕੇ ਗੋਹੇ ਕੱਢੋ ਖਾਣੇ ਦਾ ਕੀ ਫਾਇਦਾ ਬਜ਼ੁਰਗੋ ਮੱਝਾਂ ਦੇ ਮਾਮਲੇ 'ਚ ਤੁਸੀਂ ਸਿਆਣੇ ਲੱਗੇ ਹੋ ਤੇ ਸਾਨੂੰ ਇਹ ਦੱਸੋ ਕਿ ਕੋਈ ਦੇਸੀ ਨੁਸਖਾ ਮੱਝਾਂ ਨੂੰ ਸਿਹਤਮੰਦ ਰੱਖਣ ਵਾਸਤੇ ਦੇਸੀ ਉਹ ਲੂਣ ਮਿਰਚ ਮਸਾਲਾ ਹੀ ਹੈ ਲੂਣ ਮਿਰਚ ਮਸਾਲਾ ਕਿਵੇਂ ਦਿੱਤਾ ਜਾਏ ਕਿਹੜੀ ਹਰੀ ਮਿਰਚ ਅਦਰਕ ਅੱਛਾ ਪਿਆਜ਼ ਕੁੱਟ ਕੇ ਇਹ ਦਿੱਤਾ ਜਾਏ ਮੈਂ ਇਹਨੂੰ ਸਹੀ ਹੈ ਅੱਛਾ ਕਿੰਨੀ ਦੇਰ ਬਾਅਦ ਦੇਣਾ ਚਾਹੀਦਾ 8-10 ਦਿਨ 8-10 ਦਿਨ ਦੇ ਲੈ ਬੰਦਾ ਕਿੰਨਾ ਦੇਣਾ ਚਾਹੀਦਾ ਦਿਨ ਚ ਅੱਧਾ ਕਿਲੋ ਮਹੀਂ ਪਰਤੀ ਤੇਲ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਨਹੀਂ ਤੇਲ ਤੋਂ ਬਗੈਰ ਤੇਲ ਤੋਂ ਬਗੈਰ ਹਾਂ ਅੱਛਾ ਸਾਨੂੰ ਇੱਕ ਬੰਦੇ ਨੇ ਪੁੱਛਿਆ ਉਹਦੇ ਕੋਲ ਮੱਝ ਹੈ ਤੇ ਬਾਰ ਬਾਰ ਨਵੀਂ ਹੁੰਦੀ ਹੈ ਤੇ ਪਰਤ ਜਾਂਦੀ ਹੈ ਇਹਦਾ ਕੋਈ ਹੱਲ ਦੱਸੋ ਉਹਦਾ ਹੱਲ ਤਾਂ ਕੁਦਰਤੀ ਹੈ ਉਹ ਅੰਦਰ ਡਾਕਟਰ ਨੂੰ ਦੱਸੇ ਜੀ ਉਹ ਨਹੀਂ ਉਹ ਬਣੇ ਤਾਂ ਕੁਝ ਐਸੀ ਚੀਜ਼ ਦੇ ਜਿੰਨਾ ਖਲੋ ਜੇ ਉਹ ਬਣਨ ਤੋਂ ਪਹਿਲਾਂ ਉਹਨੂੰ ਫਿਰ ਥੋਮ ਦਿੱਤਾ ਜਾਏ ਮੈਨੂੰ ਬਣਨ ਤੋਂ ਪਹਿਲਾਂ ਬਣਨ ਤੋਂ ਪਹਿਲਾਂ ਇੱਕ ਮੱਝ ਨੂੰ ਕਿੰਨਾ ਕੁ ਦੇ ਬੰਦਾ ਪਾ 1.5 ਥਾਮ ਛਿੱਲ ਕੇ ਥੋਮ ਕੁੱਟ ਕੇ ਉਹ ਉਹਦੀ ਪਿੰਨੀ ਬਣਾ ਕੇ ਉਹ ਦੇਣੀ ਚਾਹੀਦੀ ਇੱਕ ਵਾਰੀ ਜਾਂ 2 ਵਾਰੀ ਨਹੀਂ 1 ਵਾਰੀ ਘੰਟਾ 1 ਟੀਕਾ ਲਾਉਣ ਤੋਂ ਪਹਿਲਾਂ ਠੀਕ ਹੈ ਖਲੋ ਜਾਏਗੀ ਹਾਂ ਉਹ ਖਲੋ ਜਾਏਗੀ ਨਹੀਂ ਉਹ ਨਹੀਂ ਕਰਨਾ ਉਗੜਾ ਤੇ ਗੁੜ ਕਿਲੋ ਅੱਧਾ ਕਿਲੋ ਗੁੜ ਚਾਹਣਾ ਚਾਹੀਦਾ ਤੇ ਇੱਕ ਮੱਝ ਜਿਹੜੀ ਨਵੇਂ ਹੁਣ ਤੇ ਨਹੀਂ ਆਉਂਦੀ ਉਹਦਾ ਉਹਨੂੰ ਕਿਹੜੀ ਚੀਜ਼ ਦੇਵੇ ਬੰਦਾ ਨਵਿਆਂ ਉਹਨੂੰ ਖਲ ਚਾਹਣੀ ਚਾਹੀਦੀ ਹੈ ਖਲ ਹਾਂ ਤੇ ਫਿਰ ਨਵੀਂ ਹੁਣ ਤੇ ਆ ਜਾਏਗੀ ਬਿਲਕੁਲ ਆ ਜਾਏਗੀ ਕਿੰਨੀ ਖਲ ਚਾਹਣੀ ਚਾਹੀਦੀ ਹੈ ਖਲ ਤੋਂ 3-4 ਕਿਲੋ ਚਾਹਣੀ ਚਾਹੀਦੀ ਰੋਜ਼ ਦੀ ਤੁਸੀਂ ਆਪਣੇ ਤਜੁਰਬੇ ਦੇ ਵਿੱਚ ਕਦੇ ਮੰਡੀਓ ਮੱਝ ਕੋ ਲਿਆਂਦੀ ਹੋਏ ਤੇ ਭੈੜੀ ਨਿਕਲੀ ਹੋਏ ਮੰਡੀਓ ਲਿਆਂਦੀਆਂ ਵੀ ਵਿੱਚ ਚੰਗੀਆਂ ਵੀ ਹੋਈਆਂ ਵਿੱਚ ਭੈੜੀਆਂ ਵੀ ਹੋਈਆਂ ਅੱਛਾ ਐਡੇ ਤਜਰਬੇ ਦੇ ਵਿੱਚ ਵੀ ਭੈੜੀਆਂ ਟੱਕਰ ਜਾਂਦੀਆਂ ਨੇ ਉਹ ਭੈੜੀਆਂ ਟੱਕਰਦੀਆਂ ਨੇ ਜਾਂ ਕਿ ਵਪਾਰੀ ਬਦੋ ਬਦੀ ਜਿਹੜਾ ਨੌਣਾ ਚ ਕੁਛ ਨੁਕਸ ਪਾੜਦੇ ਨੇ ਨਹੀਂ ਨਹੀਂ ਬਦੋ ਬਦੀ ਨਹੀਂ ਪਾਉਂਦੇ ਕੁਦਰਤੀ ਭੈੜੀਆਂ ਹੁੰਦੀਆਂ ਨੇ ਜਿਹੜੀ ਭੈੜੀਆਂ ਭੈੜੀਆਂ ਹੁੰਦੀਆਂ ਨੇ ਤੁਹਾਨੂੰ ਵੀ ਭੁਲੇਖਾ ਲੱਗ ਜਾਂਦਾ ਲੱਗ ਜਾਂਦਾ ਭੁਲੇਖਾ ਅੱਛਾ ਇਹਦਾ ਮਤਲਬ ਹੈ ਤਜਰਬਾ ਜਿਹੜਾ ਉਹ ਵੀ ਭੁਲੇਖਾ ਖਾ ਜਾਂਦਾ ਖਾ ਜਾਂਦਾ ਠੀਕ ਹੈ ਅਤੇ ਚੰਗੀ ਮੱਝ ਜਿਹੜੀ ਆ ਉਹ ਕਿੰਨੇ ਕੁ ਦੀ ਮਿਲ ਜਾਂਦੀ ਆ ਅੱਜ ਕੱਲ੍ਹ ਮੱਝ ਹੁਣ ਚੰਗੀ ਜਿਹੜੀ 3 ਦੀ ਮਿਲ ਜਾਂਦੀ 3.25 ਦੀ 3.25 ਦੀ ਤੇ ਜਿਹੜੀ ਲੋਕ ਆਉਂਦੇ ਨੇ ਅਸੀਂ 5-4 ਲੱਖ ਦੀ ਮੱਝ ਲਈਏ ਸੱਚੀ ਗੱਲ ਹੈ ਉਹ ਕਿਸ਼ਤਾਂ ਦੇ ਹੁੰਦੀਆਂ ਨਾ ਉਹ ਵਪਾਰੀਆਂ ਨੇ 3 ਲੱਖ ਦੀ ਲਿਆਉਂਦੀ ਮੈਨੂੰ ਅੱਧੇ ਦਿਨ ਦਿਨ ਜ਼ਿਆਦਾ ਮੈਨੂੰ ਦੇਖਣੀ ਹੈ ਤੇ ਉਹ 12 ਖਾ ਜਾਂਦੀ ਹੈ ਉਹ 12 ਕਦੋਂ ਖਾਂਦੀ ਹੈ ਉਹ ਕੀੜੀ ਜਿਹੜੇ ਲੋਕ ਕਿਸ਼ਤਾਂ ਦੇ ਲੈਣ ਵਾਲੇ ਨੇ ਉਹ ਖਤਮ ਹੋ ਜਾਂਦੇ ਨੇ ਅੱਛਾ ਹਾਂਜੀ ਅੱਛਾ ਮੱਝਾਂ ਦੀ ਸੁਣਿਆ ਨੁਕਸਾਨ ਵੀ ਹੈ ਨੁਕਸਾਨ ਹੀ ਆ ਨਾ ਵਜੋਂ ਤੈਨੂੰ ਮੈਂ 4 ਲੱਖ ਦੀ 5 ਤੂੰ ਮੇਰੇ ਕੋਲ ਨਹੀਂ ਲੈ ਜਾਣੀ ਹੈ ਤੂੰ 5-7 ਮੱਝਾਂ ਲੈਣੀ ਤੂੰ ਕਹਿੰਦਾ ਪੂਰੇ ਕਰ ਲੈਣਾ ਕਿੰਨੀ ਰਕਮ ਬਣੀ 5-4 ਮਹੀਨਿਆਂ ਦੀ ਜੇ 4-4 ਲੱਖ ਵੀ ਲਾਈਏ ਤੇ ਦੁੱਧ ਨਾਲ ਕਿੰਨੇ ਕੁ ਪੂਰੇ ਕਰ ਲੇਗਾ ਤੂੰ ਅੱਛਾ ਤੇ ਜੇ ਤੂੰ ਖਾਂਗੜੀ ਹੋਣੀ ਮਗਰ ਆਈ ਨਹੀਂ 2-2 ਲੱਖ ਦੀ 1.5-1.5 ਲੱਖ ਦੀ ਅੱਛਾ ਤਜੁਰਬਾ ਤੁਹਾਡਾ ਮਾਸ਼ਾਅੱਲਾ ਕਾਫੀ ਹੈ ਤੁਸੀਂ ਦੱਸੋ ਕਿ ਨਵਾਂ ਬੰਦਾ ਸ਼ੁਰੂ ਕਰੇ ਤੇ ਕਿੰਨੇ ਜਾਨਵਰਾਂ ਤੋਂ ਨਵਾਂ ਬੰਦਾ ਕਰੇ ਤਾਂ ਘੱਟ ਤੋਂ ਘੱਟ 12-14 ਡੰਗਰ ਚਾਹੀਦੇ ਨੇ ਤਾਜ਼ੀਆਂ ਸੂਈਆਂ ਫਿਰ ਉਹਦਾ ਸਰਵਿਸ ਰਿੜ ਸਕਦਾ ਤੇ ਜੇ ਆ ਕੇ 5-4 ਪਾ ਕੇ ਫਿਰ ਉਹਦੇ ਪੱਟਣਾ ਉਹਦੇ ਪੱਠੇ ਬਣਦੇ ਨਾ ਉਹਦੇ ਵੰਡਾ ਬਣਦਾ ਨਾ ਨੌਕਰੀ ਤਨਖਾਹ ਬਣਦੀ ਅੱਛਾ 6 ਮੱਝਾਂ ਨੂੰ ਕਿੰਨੇ ਬੰਦੇ ਸਾਂਭ ਲੈਂਦੇ ਸਹੀ ਤਰ੍ਹਾਂ ਇੱਕ ਬੰਦਾ ਹੀ ਸਾਂਭ ਲੈਂਦਾ ਹਾਂ ਇੱਕ ਤੇ ਉਹਦੇ 'ਚ ਕੋਈ ਫਾਇਦਾ ਵੀ ਹੁੰਦਾ ਜਾਂ ਪੂਰੀ ਹੁੰਦਾ ਨਹੀਂ ਫਿਰ ਫਾਇਦਾ ਹੋ ਜਾਂਦਾ ਇੱਕ ਬੰਦਾ ਹੋਏ ਤਾਂ ਨਾ ਫਿਰ ਫਾਇਦਾ ਹੋ ਜਾਂਦਾ ਜ਼ਮੀਨ ਕਿੰਨੀ ਰੱਖੇ ਬੰਦਾ ਉਹਦੇ ਲਈ ਜ਼ਮੀਨ ਰੱਖਦੇ ਸੀ 5-4 ਪੈਲੀਆਂ ਪੰਜ ਚਾਰ ਪੈਲੀਆਂ ਆਹੋ